ਸੈਣੇ ਕਹਿੰਦੇ ਨੇ ਕਿ ਜੇ ਤਾਂ ਉਹਨਾਂ ਲੋਕਾਂ ਦੀ ਹੁੰਦੀ ਹੈ ਜਿਹਨਾਂ ਲੋਕਾਂ ਨੂੰ ਲੜਨਾ ਆ ਜਾਏ ਅਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਲੜਨਾ ਵੀ ਆ ਗਿਆ ਅਤੇ ਜਿੱਤਣਾ ਵੀ ਆ ਗਿਆ। ਦਿੱਲੀ ਜਦੋਂ ਸੰਯੁਕਤ ਮੋਰਚਾ ਵੱਲੋਂ ਕਾਲ ਕੀਤੀ ਗਈ ਸੀ ਅਤੇ ਵੱਡਾ ਸੰਘਰਸ਼ ਆਰੰਭਿਆ ਗਿਆ ਸੀ ਅਤੇ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਮੰਨ ਲਈਆਂ ਗਈਆਂ ਸੀ ਅਤੇ ਉਸ ਤੋਂ ਕਈ ਗੁਣਾ ਜ਼ਿਆਦਾ ਮੰਗਾਂ ਜਿਹੜੀਆਂ ਸੀ ਉਹ ਸਰਕਾਰ ਵੱਲੋਂ ਅਜੇ ਵੀ ਲਾਰਾ ਲੱਪਾ ਲਾਇਆ ਜਾ ਰਿਹਾ ਹੈ ਅਤੇ ਇਹਨਾਂ ਮੰਗਾਂ ਮਨਵਾਉਣ ਲਈ ਅੱਜ ਸ਼ਾਂਤਮਈ ਤਰੀਕੇ ਦੇ ਨਾਲ ਤਰਸਿੱਕਾ, ਮਜੀਠਾ ਅਤੇ ਅਟਾਰੀ ਬਲਾਕ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਡੇ ਜਥੇ ਜਿਹੜੇ ਆ ਚੰਡੀਗੜ੍ਹ ਨੂੰ ਰਵਾਨਾ ਹੋ ਗਏ ਨੇ ਅਤੇ ਉਹ ਸੰਯੁਕਤ ਕਿਸਾਨ ਮੋਰਚੇ ਜਥੇਬੰਦੀ ਦੇ ਬੈਨਰ ਹੇਠ ਅੱਜ ਰਾਜਪਾਲ ਨੂੰ ਮਿਲਣਗੇ ਅਤੇ ਬਕਾਇਆ ਮੰਗਾਂ ਬਾਰੇ ਆਪਣੇ ਮੰਗ ਪੱਤਰ ਜਿਹੜੇ ਆ ਰਾਜਪਾਲ ਨੂੰ ਸੌਂਪਣਗੇ। ਅਗਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਭਵਿੱਖ ਵਿੱਚ ਫਿਰ ਇੱਕ ਵਾਰ ਕੋਈ ਵੱਡਾ ਸੰਘਰਸ਼ ਆਰੰਭ ਸਕਦੀਆਂ ਨੇ ਕਿਸਾਨ ਜਥੇਬੰਦੀਆਂ। ਅੱਜ ਸੰਯੁਕਤ ਮੋਰਚੇ ਦੀ ਕਾਲ ਦੇ ਉੱਤੇ ਪੂਰੇ ਭਾਰਤ ਦੇ ਵਿੱਚ 25 ਰਾਜਾਂ ਦੇ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ ਸੰਯੁਕਤ ਮੋਰਚੇ ਨਾਲ ਚੱਲਣ ਵਾਲੀਆਂ ਜਥੇਬੰਦੀਆਂ ਉਹ ਮੋਦੀ ਸਰਕਾਰ ਨੂੰ ਅੱਜ ਜਿਹੜੇ ਵਾਅਦੇ ਜਿਹੜੇ ਰਹਿ ਗਏ ਸੀ ਕੀਤੇ ਸੀ ਉਹਨੇ ਯਾਦ ਕਰਾਉਣ ਵਾਸਤੇ ਗਵਰਨਰ ਹਾਊਸ ਤੱਕ ਰੋਸ ਮਾਰਚ ਕਰਨਗੀਆਂ ਅਤੇ ਉੱਥੇ ਜਾ ਕੇ ਮੰਗ ਪੱਤਰ ਜਿਹੜਾ ਵਾ ਉਹ ਗਵਰਨਰ ਨੂੰ ਦੇਣਗੀਆਂ। ਜੇ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਰਹਿੰਦੀਆਂ ਮੰਗਾਂ ਦੇ ਵਿਚਾਰ ਕਰਕੇ ਉਹਦੇ ਹੱਲ ਕਰਦੀ ਆ ਠੀਕ ਆ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇੱਕ ਖੇਤੀ ਅੰਦੋਲਨ ਜਿਵੇਂ ਪਹਿਲਾਂ ਇੱਕ ਚੱਲਿਆ ਸੀ ਸੰਯੁਕਤ ਮੋਰਚੇ ਦੀ ਕਾਲ ਦੇ ਉੱਤੇ ਸੰਯੁਕਤ ਮੋਰਚੇ ਦੇ ਝੰਡੇ ਹੇਠ, ਇਵੇਂ ਹੀ ਚੱਲੂਗਾ। ਅੱਜ ਬਲਾਕ ਅਟਾਰੀ ਅਤੇ ਬਲਾਕ ਤਰਸਿੱਕੇ ਤੋਂ ਵੱਡੀ ਗਿਣਤੀ 'ਚ ਮਜੀਠੇ ਬਲਾਕ ਤੋਂ ਸੰਗਤ ਜਿਹੜੀ ਆ ਉਹ ਅੱਜ ਜਿਹੜੀ ਆ ਚੰਡੀਗੜ੍ਹ ਵਿਖੇ ਜਾ ਰਹੀ ਆ ਭਾਰਤੀ ਕਿਸਾਨ ਏਕਤਾ ਗ੍ਰਾਹਾਂ ਦੇ ਝੰਡੇ ਹੇਠ। ਸਾਰੇ ਹੀ ਸਾਥੀ ਵੱਡੀ ਤਿਆਰੀ ਨਾਲ ਆਏ ਆ, ਆਉਣ ਵਾਲੇ ਸਮੇਂ 'ਚ ਜੇ ਕੋਈ ਤਿਆਰੀ ਕਰਨੀ ਪਈ ਅਤੇ ਆਪਣੇ ਪਿੰਡਾਂ ਦੇ ਲੋਕ ਸਾਡੇ ਪਿੱਛੇ ਨਹੀਂ ਹਟਣਗੇ ਅਤੇ ਫਿਰ ਮੋਦੀ ਸਰਕਾਰ ਦੀ ਹੇਠ ਨੈਟ ਖੜਕਾਉਣਗੇ। ਮੈਂ ਭਾਰਤੀ ਕਿਸਾਨ ਜਨ ਏਕਤਾ ਗ੍ਰਾਹਾਂ ਬਲਾਕ ਦਾ ਪ੍ਰਧਾਨ, ਜੋ ਕਿ ਅੱਜ ਸੰਯੁਕਤ ਮੋਰਚੇ ਦੀ ਕਾਲ ਦੇ ਉੱਤੇ 25 ਰਾਜਾਂ ਦੇ ਵਿੱਚੋਂ ਸੰਯੁਕਤ ਮੋਰਚੇ 'ਤੇ ਚੱਲਦੀਆਂ ਜਥੇਬੰਦੀਆਂ ਦੇ ਪ੍ਰਸ਼ਨ ਵਿੱਚ ਜਿਹੜਾ ਆਪਾਂ ਭਾਰਤੀ ਕਿਸਾਨ ਜਨ ਏਕਤਾ ਗ੍ਰਾਹਾਂ ਵੱਡੇ ਪੱਧਰ 'ਤੇ ਬਲਾਕ ਅਟਾਰੀ, ਬਲਾਕ ਮਜੀਠਾ ਅਤੇ ਬਲਾਕ ਤਰਸਿੱਕਾ ਜਿਹੜਾ ਵਾ ਉਹ ਵੱਡੇ ਪੱਧਰ 'ਤੇ ਅੱਜ ਚੰਡੀਗੜ੍ਹ ਨੂੰ ਕੂਚ ਕਰਨ ਵਾਸਤੇ ਜਾ ਰਹੇ ਨੇ। ਸੋ ਜੋ ਗਵਰਨਰ ਤੋਂ ਲਗਾ ਕੇ